ਤੇ ਕੁਝ ਹੀ ਸਮੇਂ ਦੇ ਵਿੱਚ ਜਿਹੜੇ ਅਰਵਿੰਦ ਕੇਜਰੀਵਾਲ ਨੇ ਪਹੁੰਚਣ ਵਾਲੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਲਮ ਦੇਖ ਸਕਦੇ ਹੋ ਇਹ ਅੱਜ ਅੰਮ੍ਰਿਤਸਰ ਦਾ ਜਿਹੜਾ ਇੰਟਰਨੈਸ਼ਨਲ 에ਰਪੋਰਟ ਹੈ ਉਸ ਦਾ ਹਾਲਮ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕੁਝ ਹੀ ਸਮੇਂ ਦੇ ਵਿੱਚ ਜਿਹੜੇ ਆ ਅਰਵਿੰਦ ਕੇਜਰੀਵਾਲ ਪਹੁੰਚਣ ਵਾਲੇ ਨੇ ਤੇ ਗੱਲ ਕੀਤੀ ਜਾਵੇ ਹਰਪਾਲ ਚੀਮਾ ਵਿਰੋਧੀ ਧਿਰ ਦੇ ਆਗੂ ਉਹ ਵੀ ਪਹੁੰਚ ਚੁੱਕੇ ਨੇ ਤੇ ਕੁਰ ਵਿਜੇ ਪ੍ਰਤਾਪ ਪਹੁੰਚ ਚੁੱਕੇ ਨੇ ਹੋਰ ਵੀ ਕਈ ਸੀਨੀਅਰ ਲੀਡਰ ਜਿਹੜੇ ਨੇ ਅੱਜ ਪਹੁੰਚਣ ਦੇ ਅਸਾਰ ਨੇ ਕਿਉਂਕਿ ਜੇਕਰ ਅਸੀਂ ਗੱਲ ਕੀਤੀ ਜਾਵੇ ਤਾਂ ਬੜੇ ਲੰਮੇ ਸਮੇਂ ਤੋਂ ਹੀ ਆਮ ਆਦਮੀ ਪਾਰਟੀ ਪੂਰਾ ਸੰਘਰਸ਼ ਕਰ ਰਹੀ ਹੈ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਚਾਹੇ ਉਹ ਮੁੱਖ ਮੰਤਰੀ ਚੰਨੀ ਹੋਣ ਚਾਹੇ ਉਹ ਸੁਖਬੀਰ ਸਿੰਘ ਬਾਦਲ ਹੋਣਾ ਆਪਣੀ ਸਰਕਾਰ ਬਣਾਉਣ ਦੇ ਜਿਹੜੇ ਦਾਅਵੇ ਕਰ ਰਹੀ ਹੈ ਜੇਕਰ ਅਸੀਂ ਅੱਜ ਦੀ ਗੱਲ ਕਰੀਏ ਤਾਂ ਅਮ੍ਰਿਤਾ ਗਰੰਟੀਆਂ ਜਿਹੜੀਆਂ ਨੇ ਕਿਤਨਾ ਕਿਤੇ ਪੰਜਾਬ ਨੂੰ ਦਿੱਤੀਆਂ ਜਾ ਰਹੀਆਂ ਨੇ ਹਰ ਇੱਕ ਪਾਰਟੀ ਵੱਲੋਂ ਗਰੰਟੀਆਂ ਤੇ ਵਾਅਦੇ ਦਿੱਤੇ ਜਾ ਰਹੇ ਨੇ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾ ਦਈਏ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਮਸਤੈਦ ਹੈ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਲੱਗ ਚੁੱਕੀਆਂ ਨੇ ਸੋ ਤਸਵੀਨਾ ਤੁਹਾਨੂੰ ਦੱਸਦੀ ਹੈ ਕਿ ਲਗਾਤਾਰ ਤੁਹਾਨੂੰ ਅੰਮ੍ਰਿਤਸਰ ਦੇ 에어ਪੋਰਟ ਤੋਂ ਦਿਖਾ ਰਹੇ ਹਾਂ ਤੇ ਇਹ ਗੱਲ ਕਰਦੇ ਹਾਂ ਅਸੀਂ ਇੱਥੇ ਗਰੰਟੀਆਂ ਦੀ ਦੇਖੋ ਅਮ੍ਰਿਤਾ ਗਰੰਟੀਆਂ ਦੇ ਰਹੇ ਨੇ ਗਰੰਟੀਆਂ ਕਿੰਨੀਆਂ ਕਿ ਸੱਚ ਸਾਬਤ ਹੁੰਦੀਆਂ ਨੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਜੇਕਰ ਅਸੀਂ ਕੈਪਟਨ ਸਰਕਾਰ ਦੀ ਗੱਲ ਕਰੀਏ ਤਾਂ ਕੈਪਟਨ ਸਰਕਾਰ ਵੱਲੋਂ ਵੀ ਕਈ ਵਾਅਦੇ ਕੀਤੇ ਗਏ ਸੀਗੇ ਜੋ ਆ ਕੇ ਹੁਣ ਚੰਨੀ ਸਰਕਾਰ ਕਿਤੇ ਨਾ ਕਿਤੇ ਪੂਰੇ ਕਰ ਰਹੀ ਹੈ ਕਿਉਂਕਿ ਵਾਅਦੇ ਕੀਤੇ ਗਏ ਸੀਗੇ ਵਾਅਦੇ ਪੂਰੇ ਨਹੀਂ ਹੋਏ ਪਰ ਕਿਤੇ ਨਾ ਕਿਤੇ ਹੁਣ ਜਾ ਕੇ ਜਿਹੜਾ ਅਰਵਿੰਦ ਕੇਜਰੀਵਾਲ ਦੁਆਬੇ ਦੇ ਵਿੱਚ ਆਪਣੇ ਪੈਰ ਜਮਾਉਣੇ ਸ਼ੁਰੂ ਕਰ ਦਿੱ ਅਸੀਂ ਗੱਲ ਕਰੀਏ ਮਾਝੇ ਦੀ ਕਿਉਂਕਿ ਮਾਲਵੇ ਚ ਪਹਿਲਾਂ ਵੀ ਮਜ਼ਬੂਤ ਹੈ ਇਹ ਕਿਥੇ ਹੋਰ ਜਾਣਕਾਰੀ ਦੇ ਵਿੱਚ ਅਮ੍ਰਿਤਾ ਮੈਂ ਵਾਅਦਾ ਜ਼ਰੂਰ ਕਰ ਦਿਆਂ ਕਿ ਅੱਜ ਅਰਵਿੰਦ ਕੇਜਰੀਵਾਲ ਜਿਹੜੇ ਨੇ ਤਰੰਗਾ ਯਾਤਰਾ ਪਹਿਲਾਂ ਜਲੰਧਰ ਦੇ ਵਿੱਚ ਕੱਢਣਗੇ ਫਿਰ ਜਾ ਕੇ ਬਾਦਲਾਂ ਦੇ ਗੜ੍ਹ ਦੇ ਵਿੱਚ ਗੱਜਣਗੇ ਯਾਨੀ ਕਿ ਲੰਬੀ ਹਲਕੇ ਦੇ ਵਿੱਚ ਜਾ ਕੇ ਵੀ ਉਹਨਾਂ ਦੀ ਜਿਹੜੀ ਅੱਜ ਤਰੰਗਾ ਯਾਤਰਾ ਹੈ ਉਹਨਾਂ ਦੀ ਰੈਲੀ ਹੈ ਸੰਬੋਧਨ ਉਸ ਨੂੰ ਕਰਨਗੇ ਕਿ ਤਨਾ ਕਿਹਦੇ ਅੱਕ ਹੁਣ ਬਾਦਲਾਂ ਦੇ ਗੜ੍ਹ ਤੇ ਜਿਹੜੀ ਹੈ ਉਹ ਜਿਹੜੀ ਐ ਉਹ ਪਾ ਦਿੱਤੀ ਗਈ ਐ ਉਹ ਰੱਖ ਲਈ ਗਈ ਐ ਹੁਣ ਦੇਖਣਾ ਹੋਵੇਗਾ ਕਿ ਅੱਜ ਵੱਡੀ ਗਰੰਟੀ ਕਿਹੜੀ ਦਿੰਦੇ ਨੇ ਕਿਉਂਕਿ ਮੁਲਾਜ਼ਮਾਂ ਨੂੰ ਲੈ ਕੇ ਵੱਡੇ ਦਾਅਵੇ ਕਰ ਦਿੰਦੇ ਨੇ ਅਧਿਆਪਕਾਂ ਨੂੰ ਲੈ ਕੇ ਵੱਡੇ ਦਾਅਵੇ ਕਰ ਦਿੰਦੇ ਨੇ ਤੇ ਜਿਹੜੇ ਹੋਰ ਲੋਕ ਨੇ ਉਹਨਾਂ ਨੂੰ ਇਹ ਮਹਿਲਾਵਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਐ ਸੋ ਕਿਤਨਾ ਕਿਤੇ ਪੈਰ ਪਸਾਰਦੇ ਹੋਏ ਅਰਵਿੰਦ ਕੇਜਰੀਵਾਲ ਦੇਖ ਰਹੇ ਨੇ ਪੰਜਾਬ ਦੇ ਵਿੱਚ ਇਹ ਦੇਖਣਾ ਹੋਵੇਗਾ ਕਿ ਅੱਜ ਕਿਹੜੀ ਵੱਡੀ ਗਰੰਟੀ ਦਾ ਐਲਾਨ ਕਰਦੇ ਨੇ ਜੀ ਜੀ ਬਿਲਕੁਲ ਪਰਮ ਅਪਡੇਟਸ ਲਈ ਆਵਾਂਗੇ ਤੁਹਾਡੇ ਕੋਲ ਫਿਲਹਾਲ ਹੁਣ ਤੱਕ ਦੀ ਜਾਣਕਾਰੀ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ